ਮਿਤੀ 12 ਅਪ੍ਰੈਲ ਨੂੰ ਜੋ ਪਟਿਆਲਾ ਸਨੌਰ ਸਬਜ਼ੀ ਮੰਡੀ ਵਿਖੇ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਸੀ, ਜਿਸ ਵਿੱਚ ਸਾਡਾ ਇੱਕ ਬਹਾਦਰ ਸਾਥੀ ASI ਹਰਜੀਤ ਸਿੰਘ ਬਹੁਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ, ਜਿਹਦਾ ਹੱਥ ਵੱਢਿਆ ਗਿਆ ਸੀ ਅਤੇ ਬਾਕੀ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸੀ। ਉਸ ਸੰਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਉਹ ਮੁਕੱਦਮੇ ਦੀ ਆਇੰਦਾ ਤਫਤੀਸ਼ ਦੇ ਵਿੱਚ ਜਿਹੜਾ ਡੇਰਾ ਖਿਚੜੀ ਸਾਹਿਬ ਘਰਾਲੀ ਵਿਖੇ ਅਸੀਂ ਉਹਨੂੰ ਜਿਹੜੇ 11 ਆਦਮੀ ਗ੍ਰਿਫਤਾਰ ਕੀਤੇ ਸੀ, ਉਹਨਾਂ ਦੇ ਵਿੱਚੋਂ ਜਿਨ੍ਹਾਂ ਤੋਂ ਅਸਲਾ ਪਿਸਤੌਲ ਪੈਟਰੋਲ ਬੰਬ ਗੈਸ ਸਿਲੰਡਰ ਅਤੇ ਹੋਰ ਕਈ ਨਸ਼ੀਲੀਆਂ ਵਸਤਾਂ ਰਿਕਵਰ ਹੋਈਆਂ ਸੀ। ਉਸ ਸੰਬੰਧੀ ਜਿਹੜਾ ਅੱਗੇ ਤਫਤੀਸ਼ ਜਾਰੀ ਸੀ, ਇਹ ਤਫਤੀਸ਼ ਨੂੰ ਅਸੀਂ SPD ਪਟਿਆਲਾ ਉਹਦੀ ਅਗਵਾਈ ਵਿੱਚ ਇੱਕ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ, ਅਤੇ ਜੋ ਕਿ ਇਹਦੇ ਹਰ ਪੱਖਾਂ ਤੋਂ ਬੜੀ ਡੂੰਘਾਈ ਨਾਲ ਇਹਦੀ ਤਫਤੀਸ਼ ਕੀਤੀ ਜਾ ਸਕੇ। ਅੱਜ ਅਸੀਂ ਉਸ ਮੁਕੱਦਮੇ ਦੇ ਵਿੱਚ ਜਿਹੜੇ ਕਿ ਪੂਰੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਹੋਇਆਂ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾ, ਜਿਨ੍ਹਾਂ ਦਾ ਉਹ ਸਾਰੇ ਮਾਮਲੇ ਦੇ ਵਿੱਚ ਘੱਟ ਰੋਲ ਪਾਇਆ ਗਿਆ, ਉਸ ਨੂੰ ਹਮਦਰਦੀ ਦਾ, ਇਹ ਚਾਰ ਜਣਿਆਂ ਦਾ ਘੱਟ ਰੋਲ ਪਾਇਆ ਗਿਆ, ਇਸ ਨੂੰ ਹਮਦਰਦੀ ਦਾ ਵਤੀਰਾ ਰੱਖਦੇ ਹੋਏ ਅਤੇ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਦਰਖਾਸਤ ਦੇ ਕੇ ਇਹਨਾਂ ਨੂੰ ਇਸ ਮੁਕੱਦਮੇ ਦੇ ਵਿੱਚੋਂ ਰਿਹਾਅ ਕਰਾਇਆ ਗਿਆ। ਇਸ ਲਈ ਇਹ ਹੁਣ ਬਾਕੀ ਜਿਹੜੇ ਸਾਡੇ ਕੋਲ ਇਸ ਟਾਈਮ 6 ਵਿਅਕਤੀ ਜਿਹੜੇ ਕਿ ਪੁਲਿਸ ਹਿਰਾਸਤ ਵਿੱਚ ਹਨ, ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਜਿਹੜਾ ਕਿ ਇਹਨਾਂ ਦਾ ਮੁਖੀ ਹੈ ਅਤੇ ਜਿਹਦਾ ਪਿਛੋਕੜ ਵੀ ਅਪਰਾਧਕ ਕਿਸਮ ਦਾ ਅਤੇ ਉਸ 'ਤੇ ਪਹਿਲਾਂ ਵੀ 3 ਮੁਕੱਦਮੇ ਦਰਜ ਹੋਏ ਹਨ, ਉਸ ਦੇ ਸਮੇਤ ਜਗਮੀਤ ਸਿੰਘ, ਬੰਤ ਸਿੰਘ ਉਰਫ ਕਾਲਾ, ਗੁਰਦੀਪ ਸਿੰਘ, ਜਗੀਰ ਸਿੰਘ, ਮਨਿੰਦਰ ਸਿੰਘ ਉਹ ਜ਼ੇਰੇ ਪੁਲਿਸ ਰਿਮਾਂਡ ਹੈ, ਨਿਰਭੈ ਸਿੰਘ ਜੁਡੀਸ਼ਲ ਰਿਮਾਂਡ ਦੇ ਵਿੱਚ ਹੈ ਅਤੇ ਦੋਸ਼ੀ ਗੁਰਮੀਤ ਸਿੰਘ ਉਰਫ ਮੀਤ ਥਾਣਾ ਅਮਰਗੜ੍ਹ ਦੀ ਭਾਲ ਜਾਰੀ ਹੈ। ਅਤੇ ਇਸ ਲਈ ਮੁਕੱਦਮੇ ਦੀ ਆਇੰਦਾ ਤਫਤੀਸ਼ ਅਸੀਂ ਕਰਾਂਗੇ ਅਤੇ ਜੋ ਵੀ ਕੋਈ ਹੋਰ ਇਹਦੇ 'ਚ ਤੱਥ ਸਾਹਮਣੇ ਆਏ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ